ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੇਂਦਰ ਦੀ। ਕੇਂਦਰ ਨੇ ਕਿਸਾਨਾਂ ਨੂੰ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ ਜੀ। हाँ जी, देखो जवाब आया नहीं है क्योंकि वावा दिन हो गए हुण तां जिहड़ा इहनां दा अल्टीमेटम है किसानां दा उह रहि गया 6-7 दिन दा, क्योंकि 1 तरीक ते अज गई, 9:57 हो गए ने इंडिया दे विच, तां 2 तरीक चढ़ गई, तां 8 दसंबर तक दा अल्टीमेटम सी जिहड़ा इह मंग पत्र दे के आए सन बनवारी लाल जी पुरोहित नूं। तां हुण उहदे बाद की होएगा की नहीं होएगा पता नहीं है, पर मैनूं लगदा कि जिहड़े किसान ਖਿੰਡੇ ਚ ਪਏ ਸਨ ਘੱਟੋ ਘੱਟੋ ਏਕੇ ਦੇ ਧਾਗੇ ਚ ਪਿਰੋਏ ਤੇ ਗਏ ਨੇ, ਹੁਣ ਉਹ ਅੱਗੇ ਕੀ ਪ੍ਰੋਗਰਾਮ ਉਲੀਕਦੇ ਆ ਉਹ ਤਾਂ ਉਹੀ ਜਾਣਨ, ਪਰ ਉਹਨਾਂ ਦੀਆਂ ਮੰਗਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ 4-5 ਦਿਨਾਂ ਚੋਂ ਮੰਨੀਆਂ ਜਾ ਸਕਦੀਆਂ। ਮਸਲਨ ਸਵਾਮੀਨਾਥਨ ਰਿਪੋਰਟ ਦੇ ਅਨੁਸਾਰ MSP, ਕਿਸਾਨਾਂ ਦਾ ਪੂਰਨ ਤੌਰ ਤੇ ਕਰਜ਼ਾ ਮਾਫ਼, ਲਖੀਮਪੁਰ ਖੀਰੀ ਘਟਨਾ, ਮਤਲਬ ਕਿ ਕੇਂਦਰੀ ਰਾਜ ਮੰਤਰੀ ਹੈ ਜਿਹੜਾ ਅਜੇ ਮਿਸ਼ਰਾ ਟਹਿਨੀ, ਬਰਖਾਸਤਗੀ ਉਹਦੀ, ਫਿਰ ਕੇਸਾਂ ਦੀ ਵਾਪਸੀ, ਬਿਜਲੀ ਬਿੱਲ 2022 ਦੀ ਵਾਪਸੀ, 60 ਸਾਲ ਤੋਂ ਜ਼ਿਆਦਾ ਜਿਹੜੇ ਕਿਸਾਨ ਨੇ ਉਮਰ 'ਚ ਜਾਂ ਬੀਬੀਆਂ ਉਹਨਾਂ ਕਿਸਾਨਾਂ ਨੂੰ ਪਰ ਮੰਥ ਪੈਨਸ਼ਨ, ਸਰਕਾਰੀ ਖਰਚ ਤੇ ਫਸਲੀ ਬੀਮਾ ਇਤਿਆਦਿਕ ਜਿਹੜੀਆਂ ਸਹੂਲਤਾਂ ਉਹ ਦਿੱਤੀਆਂ ਜਾਣ। ਤੁਸੀਂ ਮੈਨੂੰ ਦੱਸੋ, ਮੈਂ ਜਿੰਨੀਆਂ ਵੀ 6-7 ਗਣਾਤੀਆਂ ਹੋਣੀਆਂ, ਮੈਂ ਜੀ ਜੀ ਛੇ ਸੱਤ ਜਿਹੜੀਆਂ ਇਹ ਮੰਗਾਂ ਨੇ ਦੱਸੋ ਕਿ ਉਹ ਯਕਦਮ ਪੂਰੀਆਂ ਹੋ ਸਕਦੀਆਂ, ਬਹੁਤ ਔਖੀਆਂ ਨੇ। ਬਹੁਤ ਤਾਂ ਇਹਨਾਂ ਵਾਸਤੇ MSP ਤੇ ਤਾਂ ਅੱਗੇ ਕਮੇਟੀ ਬਣੀ ਹੋਈ ਹੈ, ਉਹਦਾ ਰੇੜਕਾ ਚੱਲ ਰਿਹਾ ਹੈ। ਕਰਜ਼ਾ ਮਾਫ਼ ਹੋ ਹੀ ਨਹੀਂ ਸਕਦਾ, ਕਰਜ਼ਾ ਬਹੁਤ ਜ਼ਿਆਦਾ ਹੈ, ਤਕਰੀਬਨ ਕੋਈ 10 ਲੱਖ ਕਰੋੜ ਰੁਪਇਆ ਤਾਂ ਪੂਰਾ ਕਰਜ਼ਾ ਹੋਏਗਾ ਨਾ ਪੂਰੇ ਇੰਡੀਆ ਦੇ ਕਿਸਾਨਾਂ ਦਾ, ਤਾਂ ਰਾਤੋ ਰਾਤ ਕਿੱਦਾਂ ਮਾਫ਼ ਹੋ ਸਕਦਾ? ਜਿਹੜਾ ਦੂਜਾ ਸ਼ਾਹੂਕਾਰਾਂ ਦਾ ਕਰਜ਼ਾ ਉਹ ਵੱਖਰਾ ਹੋਏਗਾ। ਅਜੇ ਮਿਸ਼ਰਾ ਟੈਨੀ ਜਿਹੜਾ ਹੁਣ ਤੱਕ ਬਰਖਾਸਤ ਨਹੀਂ ਹੋਇਆ, ਰਾਤੋ ਰਾਤ ਕਿੱਦਾਂ ਕਰ ਦੂਗੇ? ਬਿਲਕੁਲ ਸਹੀ। ਤਾਂ ਕੇਸ ਵਾਪਸੀ, ਇਹ ਚੀਜ਼ਾਂ ਹੋ ਸਕਦੀਆਂ। ਬਿਜਲੀ ਬਿੱਲ 2022 ਨਹੀਂ ਵਾਪਸ ਹੋਏਗਾ, ਜਦੋਂ ਇਹਨਾਂ ਨੇ ਆ ਕੇ ਕਿਹਾ ਸੀਗਾ ਕਿ ਉਹ ਸ਼ਰਤ ਮੰਨ ਗਏ, ਉਸ ਵੇਲੇ ਵੀ ਸਾਨੂੰ ਥੋੜਾ ਜਿਹਾ ਲੱਗਦਾ ਸੀਗਾ ਕਿ ਕਿਸੇ ਨਾ ਕਿਸੇ ਢੰਗ ਨਾਲ, ਕਿਉਂਕਿ ਉਹ ਇੱਕ ਐਸਾ ਸੈਕਟਰ ਹੈ ਜਿਹਦੇ ਵਿੱਚ ਪ੍ਰਾਈਵੇਟ ਪਲੇਅਰਾਂ ਨੇ ਆਉਣਾ ਹੀ ਆਉਣਾ, ਜੀ, ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਤੋ ਨਾ ਉਹ ਪੈਨਸ਼ਨ ਚਿੱਤੀ, ਉਹ ਵੀ ਮਸਲਾ ਬਹੁਤ ਵੱਡਾ ਹੈ। ਤੋ ਗੱਲ ਇਹ ਆ ਕਿ ਲੱਗਦਾ ਨਹੀਂ ਕਿ 6-7 ਦਿਨਾਂ ਚ ਲੱਗਦਾ, ਕਿਉਂ ਨਹੀਂ, ਕਿਉਂ ਜ਼ਰੂਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ? ਤਾਂ ਕਿਉਂ ਦਾ ਜਵਾਬ ਇਹੋ ਆ ਕਿ ਉੱਥੇ ਤੇ ਚੱਲਣ ਦੇ ਇਲੈਕਸ਼ਨ ਗੁਜਰਾਤ ਦੇ ਵਿੱਚ, ਕੱਲ ਵੀ ਆਪਾਂ ਗੱਲ ਕੀਤੀ ਆ, ਅੱਜ ਪਹਿਲੇ ਫੇਜ਼ ਦੀ ਵੋਟਿੰਗ ਹੋਈ ਆ, ਹੁਣ ਅਗਲਾ ਫੇਜ਼ ਚੱਲਣਾ ਹੈ, ਦੂਜਾ ਗੇੜ ਚੱਲਣਾ, ਤੇ ਉਸ ਤੋਂ ਬਾਅਦ 8 ਤਰੀਕ ਨੂੰ ਰਿਜ਼ਲਟ ਆਉਣਾ ਹੈ। 8 ਤਰੀਕ ਨੂੰ ਰਿਜ਼ਲਟ ਆਉਣਾ, 8 ਤਰੀਕ ਤੱਕ ਅਲਟੀਮੇਟਮ ਹੈ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਕੋਲ ਸਿਰ ਖੁਰਕਣ ਜੋਗਾ ਵੀ ਵੇਲ ਹੋਏਗਾ। ਸੋ ਇਸ ਕਰਕੇ ਲੱਗਦਾ ਨਹੀਂ ਹੈ ਕਿ ਜਿਹੜਾ ਇਹ ਜਵਾਬ ਟੋਲ ਰਹੇ ਨੇ, ਜਵਾਬ ਜਿਹੜਾ ਲੱਭ ਰਹੇ ਨੇ ਕਿ ਉਹਨਾਂ ਨੂੰ ਮਿਲੇਗਾ ਕਿਸਾਨ ਆਗੂਆਂ ਨੂੰ, ਤਾਂ ਲੱਗਦਾ ਇਹੋ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਤਿੱਖਾ ਵਿੱਢਣਗੇ। ਉਸ ਸੰਘਰਸ਼ ਦੇ ਪਿੱਛੇ ਕਿਤੇ ਨਾ ਕਿਤੇ ਨਜ਼ਰੀਆ ਇਹ ਵੀ ਰਹੇਗਾ ਕਿ ਗਾਂ 2024 ਆਉਂਦਾ ਪਿਆ ਹੋਏਗਾ, ਤਾਂ 2024 ਹੈ ਜਿਹੜਾ ਉਹ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਥੋੜਾ ਜਿਹਾ ਇਹਨਾਂ ਨੂੰ ਅੰਡਰ ਪ੍ਰੈਸ਼ਰ ਕਰ ਸਕਦਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਕੁਛ ਨਾ ਕੁਛ ਕਰੀਏ, ਨਹੀਂ ਤਾਂ ਬਈ ਕਸੂਤੇ ਹੋ ਸਕਦੇ ਹਾਂ ਅਸੀਂ ਜੀ।